ਸਾਡੀ ਜਿਹੜੀ ਸਰਕਾਰੀ ਡਿਸਪੈਂਸਰੀ ਹੈ 25 ਸਾਲਾਂ ਤੋਂ ਚੱਲ ਰਹੀ ਹੈ। ਇੱਥੇ 5 ਰੁਪਏ ਪਰਚੀ ਦੇ ਨਾਲ ਲੋਕਾਂ ਨੂੰ ਫ੍ਰੀ ਇਲਾਜ ਹੁੰਦਾ ਹੈ ਤੇ ਸਾਡੇ ਜਿਹੜੇ ਵਧੀਆ ਡਾਕਟਰ ਨੇ ਤੇ ਸਾਰਿਆਂ ਨੂੰ ਯਾਨੀ ਕਿ ਦਵਾਈ ਬਹੁਤ ਵਧੀਆ ਮਿਲਦੀ ਹੈ ਤੇ ਹੁਣ ਇਹ ਸਰਕਾਰ ਜਿਹੜੀ ਕਾਂਗਰਸ ਸਰਕਾਰ ਹੈ ਇਹ ਡਿਸਪੈਂਸਰੀ ਨੂੰ ਚੱਕਣ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਡਿਸਪੈਂਸਰੀ ਇੱਥੇ ਹੀ ਰਹੇ ਤੇ ਇੱਥੋਂ ਚੱਕੀ ਨਾ ਜਾਵੇ। ਜੇ ਇਹਨਾਂ ਨੇ ਧਰਮਸ਼ਾਲਾ ਬਣਾਉਣੀ ਹੈ ਤਾਂ ਧਰਮਸ਼ਾਲਾ ਜਾ ਕੇ ਕਿਤੇ ਖੁੱਲ੍ਹੀ ਜਗ੍ਹਾ 'ਤੇ ਬਣਾਉਣ, ਸਾਨੂੰ ਇੱਥੇ ਧਰਮਸ਼ਾਲਾ ਦੀ ਲੋੜ ਨਹੀਂ ਹੈ ਤੇ ਨਾ ਹੀ ਇੱਥੇ ਪਾਰਕਿੰਗ ਨੂੰ ਜਗ੍ਹਾ। 100 ਸਵਾ 100 ਗਜ ਦੇ ਵਿੱਚ ਧਰਮਸ਼ਾਲਾ ਨਾ ਹੀ ਬਣਦੀ ਹੈ ਤੇ ਨਾ ਹੀ ਬਣੇ।